ਅੱਜ ਆਪਾਂ ਬਣਾਵਾਂਗੇ ਸਵਾਦਿਸ਼ਟ ਰੋਸਟਡ ਚਿਕਨ ਇਹ ਮੈਂ ਬਣਾਇਆ ਇਹ ਚਿਕਨ ਬਣਾਉਣ ਦੇ ਲਈ ਬਹੁਤ ਹੀ ਸਵਾਦ ਬੰਦ ਹੈ ਇਹ ਮੈਂ ਕਿਲੋ ਚਿਕਨ ਬੋਨਲੈਸ ਲਿਆ ਔਰ ਵੱਡੇ ਵੱਡੇ ਪੀਸੇਸ ਕਰਕੇ ਇਸ ਤੇ ਵਿੱਚ ਮੈਂ ਮਸਾਲੇ ਲਏ ਨੇ ਇਸ ਨੂੰ ਮੈਰੀਨੇਟ ਕਰਨ ਦੇ ਲਈ ਆਮ ਮਸਾਲੇ ਨੇ ਇਹ ਦੇਗੀ ਮਿਰਚ ਐ ਗਰਮ ਮਸਾਲਾ ਐ ਧਨੀਆ ਪਾਊਡਰ ਐ ਜੀਰਾ ਪਾਊਡਰ ਐ ਹਲਦੀ ਐ ਕਸੂਰੀ ਮੇਥੀ ਹੈ ਚਾਟ ਮਸਾਲਾ ਤੇ ਇਹ 올ਿਵ ਆਇਲ ਦੇ 2 ਟੇਬਲस्पून ਤੇ ਥੋੜਾ ਜਿਨਾ 2 3 ਟੇਬਲस्पून ਜਿਹੜੇ ਨੇ ਇਹ ਲਾਈਮ ਜੂਸ ਤੇ ਲੈਮਨ ਹੋਵੇ ਤੁਸੀਂ ਹੋਰ ਜੂਸ ਤੇ ਵੀ ਪਾ ਸਕਦੇ ਹੋ ਇਹ ਸਾਰੇ ਮਸਾਲੇ ਇਸ ਦੇ ਵਿੱਚ ਮਿਕਸ ਕਰਕੇ ਇਸ ਨੂੰ ਮੈਂ 2 ਘੰਟੇ ਦੇ ਲਈ ਰੱਖਤਾ ਟੱਕ ਕੇ ਕਲਿੰਗ ਰੈਪ ਨਾਲ ਮੈਂ ਕਰਕੇ ਇਸ ਨੂੰ ਫ੍ਰਿਜ ਦੇ ਵਿੱਚ ਮੈਂ ਰੱਖਤਾ ਉਸ ਤੋਂ ਬਾਅਦ ਜਦੋਂ ਆਪਾਂ ਬਣਾਉਣਾ ਹੋਵੇ ਇਸ ਨੂੰ ਬਾਹਰ ਕਰ ਦੋ ਤੇ ਫਿਰ ਆਵਨ ਦੇ ਵਿੱਚ ਇਸ ਨੂੰ ਰੱਖਣ ਦੇ ਲਈ ਇੱਕ ਮੈਂ ਬੇਕਿੰਗ ਟ੍ਰੇ ਲਈ ਹੈ ਇਹ ਆਵਨ ਔਨ ਕਰਤਾ ਪਹਿਲਾਂ ਤਾਂ ਕਿ ਗਰਮ ਹੋ ਜਵੇ ਪ੍ਰੀ ਹੀਟ ਹੋ ਜਵੇ ਇਹ ਮੈਂ ਬੇਕਿੰਗ ਟ੍ਰੇ ਲੈ ਲਈ ਬੇਕਿੰਗ ਟ੍ਰੇ ਦੇ ਵਿੱਚ ਮੈਂ ਮੈਂ ਪੇਪਰ ਬੇਕਿੰਗ ਪੇਪਰ ਲਾ ਕੇ ਉਸ ਦੇ ਵਿੱਚ ਸਾਰੇ ਪੀਸੇਸ ਨੂੰ ਮੈਂ ਰੱਖ ਦਿੱਤਾ ਸਾਰੇ ਪੀਸੇਸ ਰੱਖ ਕੇ ਆਪਾਂ ਆਵਨ ਦੇ ਵਿੱਚ ਇਸ ਨੂੰ 20 ਮਿੰਟ ਤੇ ਹੀ ਹੋ ਜਾਂਦਾ ਹੈ 35-40 ਮਿੰਟ ਦੇ ਵਿੱਚ ਹੋ ਜਾਂਦਾ ਹੈ 20 ਮਿੰਟ ਮੈਂ ਅਵਨ ਚ ਰੱਖਦਾ 20 ਮਿੰਟਾਂ ਬਾਅਦ ਮੈਂ ਇਸ ਨੂੰ ਕੱਢ ਕੇ ਇਸ ਦੇ ਵਿੱਚ ਆ ਦੇਖੋ ਹੁਣ ਆਪਾਂ ਰੱਖਤਾ ਉਸ ਤੋਂ ਬਾਅਦ ਇਸ ਨੂੰ ਕੱਢ ਕੇ 20 ਮਿੰਟ ਬਾਅਦ ਇਹਦੀਆਂ ਸਾਈਡਸ ਚੇਂਜ ਕਰਤਾਂਗੇ ਆ ਬਾਹਰ ਕੱਢ ਲਿਆ 20 ਮਿੰਟ ਬਾਅਦ ਔਰ ਇਸ ਦੀਆਂ ਸਾਰੀਆਂ ਦੀਆਂ ਮੈਂ ਸਾਈਡਸ ਚੇਂਜ ਕਰਤੀਆਂ ਸਾਈਡਸ ਚੇਂਜ ਕਰਕੇ ਦੁਬਾਰਾ ਫਿਰ 20 ਮਿੰਟ ਲਈ ਤੁਸੀਂ ਇਸ ਨੂੰ ਆਵਨ ਦੇ ਵਿੱਚ ਹੀ ਰੱਖ ਦਿਓ ਉਸ ਤੋਂ ਬਾਅਦ ਦੇਖੋ ਇਹ ਕਿੰਨਾ ਅੱਛਾ ਚਿਕਨ ਬਣਿਆ ਹੋਇਆ ਹੈ ਇਸ ਨੂੰ ਬਾਹਰ ਗਰਮ-ਗਰਮ ਕੱਢ ਕੇ ਇਸ ਤੇ ਮੈਂ ਬਟਰ ਥੋੜਾ ਜਿਹਾ ਨਾਪ ਕੇ ਲਾ ਆ ਕੇ ਪੈਸਤਾ ਇੰਨਾ ਗਰਮ ਹੁੰਦਾ ਉੱਪਰ ਹੀ ਪਿਗਲ ਜਾਂਦਾ ਹੈ ਬਟਰ ਇਸ ਦੇ ਉੱਤੇ ਪਾਤਾ ਇਹ ਬਟਰ ਨਾਲ ਬਹੁਤ ਸੌਫਟ ਹੋ ਜਾਂਦਾ ਔਰ ਧਣੀਆਂ ਪਾਤਾ ਇਸ ਨੂੰ ਮਿਕਸ ਕਰਤਾ और मिक्स करके बहुत ही स्वाद चिकन बनया लाजवाब चिकन बनया तुसी इस बना के जरूर देखो और खा के देखो ये कि अच्छा और खान इसनों खाने लिए सैलड रख लो जे पत्ते होंगे ने प्याज रख लो और